ਹੋਲੇ ਮਹੱਲੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾ ਕੇ ਨਤਮਸਤਕ ਹੋਣ ਵਾਲੀ ਸਾਧ ਸੰਗਤ ਜੀ, ਆਓ ਹੋਲੇ ਮਹੱਲੇ ਦਾ ਇਤਿਹਾਸ ਵੀ ਜਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ 18ਵੀਂ ਸਦੀ ਦੇ ਗ੍ਰੰਥਾਂ ਵਿੱਚੋਂ, ਪ੍ਰਾਤਨ ਗ੍ਰੰਥਾਂ ਵਿੱਚੋਂ ਮੈਂ ਆਪ ਜੀ ਨੂੰ ਕਥਾ ਸਰਵਣ ਕਰਵਾਵਾਂਗਾ ਕਿਵੇਂ ਲੋਕਾਂ ਦੀ ਹੋਲੀ ਅਤੇ ਖਾਲਸੇ ਦਾ ਹੋਲਾ ਵਾ। ਔਰਨ ਕੀ ਹੋਲੀ ਮਮ ਹੋਲਾ, ਕਹੋ ਕਿਰਪਾ ਨਿਦ ਬਚਨ ਅਮੋਲਾ। ਸ਼ੀਤ ਰੁੱਤ ਜਗਤ ਤੋਂ ਚਲੀ ਗਈ ਆ, ਜਦੋਂ ਸਰਦੀ ਦਾ ਮੌਸਮ ਚਲਾ ਗਿਆ ਅਤੇ ਫੱਗਣ ਦਾ ਮਹੀਨਾ ਆ ਗਿਆ। ਇਹ ਫੱਗਣ ਦੇ ਮਹੀਨੇ ਵਿੱਚ ਗੁਰੂ ਜੀ ਨੇ ਆਪ ਆਗਿਆ ਕੀਤੀ ਆ, ਆਪਣੇ ਖਜ਼ਾਨਚੀ ਨੂੰ ਮਹਾਰਾਜ ਨੇ ਕੋਲ ਬੁਲਾ ਲਿਆ। ਮਹਾਰਾਜ ਕਹਿੰਦੇ, ਭਾਈ ਆਹ ਜਿਹੜੀ ਹੋਲੀ ਆ ਲੋਕ ਖੇਡਦੇ ਆ, ਕਿਉਂਕਿ ਲੋਕ ਕੀ ਕਰਦੇ ਸੀਗੇ ਉਦੋਂ, ਭੱਦਾ ਮਜ਼ਾਕ ਕਰਦੇ ਸੀ ਇੱਕ ਦੂਜੇ ਨੂੰ, ਜਿਹੜੇ ਸੀ ਸ਼ਰਾਬਾਂ ਪੀ ਲੈਣੀਆਂ, ਇੱਕ ਦੂਜੇ ਨੂੰ ਭੱਦਾ ਮਜ਼ਾਕ ਕਰਨਾ, ਉਹਨਾਂ ਬੀਬੀਆਂ ਦੇ ਉੱਪਰ ਰੰਗ ਪਾ ਦੇਣੇ। ਹੌਲੀ ਹੌਲੀ ਜਿਹੜਾ ਇਹ ਤਿਉਹਾਰ ਸੀਗਾ ਇਹਦਾ ਪੱਧਰ ਨੀਵਾਂ ਹੋ ਗਿਆ ਸੀ। ਲੋਕ ਹੋਲੀ ਵਾਲੇ ਦਿਨ ਭੰਗ ਪੀ ਲੈਂਦੇ, ਇੱਕ ਦੂਜੇ ਉੱਪਰ ਚਿੱਕੜ ਵੀ ਸੁੱਟਦੇ। ਤਕੜੇ ਬੰਦੇ ਅਮੀਰ ਬੰਦੇ ਘਰਾਂ 'ਚ ਬਹਿ ਜਾਂਦੇ, ਉਹਨਾਂ ਕਹਿਣਾ ਇਹ ਸ਼ੂਦਰਾਂ ਦਾ ਜਿਹੜਾ ਤਿਉਹਾਰ ਆ ਇਹ ਸਾਡੇ 'ਤੇ ਰੰਗ ਪਾਉਣਗੇ, ਬਾਹਰ ਨਹੀਂ ਸੀ ਆਉਂਦੇ ਹੁੰਦੇ। ਹੋਲੀ ਨੂੰ ਇੰਨਾ ਮਾੜਾ ਮੰਨਿਆ ਜਾਣ ਲੱਗਿਆ, ਮਹਾਰਾਜ ਕਹਿੰਦੇ, ਭਾਈ ਖਾਲਸਾ ਵੀ ਅੱਜ ਹੋਲਾ ਖੇਡੇਗਾ, ਸਾਰੇ ਜਾਣੇ ਤਿਆਰੀ ਕਰੋ, ਸਾਰੀ ਸਮੱਗਰੀ ਇਕੱਠੀ ਕਰੋ, ਲਾਲ ਗੁਲਾਲ ਵਿਸਾਲ ਅੰਭੀਰਨ ਰੰਗ ਨਕਾਰ ਅਨੇਕ ਪ੍ਰਕਾਰੀ। ਗੁਰੂ ਸਾਹਿਬ ਜੀ ਕਹਿੰਦੇ, ਲੋਕ ਇੱਕ ਦੂਜੇ ਉੱਪਰ ਉਹ ਰੰਗ ਪਾਉਂਦੇ ਆ, ਚਿੱਕੜ ਪਾਉਂਦੇ ਆ। ਮਹਾਰਾਜ ਖਜ਼ਾਨਚੀ ਨੂੰ ਕਹਿਣ ਲੱਗੇ, ਲਾਲ ਗੁਲਾਲ ਇਹ ਸਾਰੇ ਅਨੇਕਾਂ ਪ੍ਰਕਾਰ ਦੇ ਰੰਗ ਕੱਢ ਕੇ ਤਿਆਰ ਕਰੋ, ਪਤੰਗ ਦੇ ਜਿਹੜੇ ਬ੍ਰੈਸ਼ ਨੂੰ ਉਬਾਲੋ ਉਹਦੇ ਤੋਂ ਸੋਹਣਾ ਲਾਲ ਰੰਗ ਤਿਆਰ ਕਰੋ, ਕੇਸੂ ਦੇ ਫੁੱਲਾਂ ਨੂੰ ਭਿਉਂ ਕੇ ਪੀਲਾ ਰੰਗ ਉਹਦੇ ਵਿੱਚੋਂ ਕੱਢੋ ਬਾਹਰ। ਤਾਂ ਮਹਾਰਾਜ ਨੇ ਇਵੇਂ ਸੁਗੰਧੀਆਂ ਵਾਲੇ ਰੰਗ ਤਿਆਰ ਕਰਵਾਏ। ਸਿੱਖਿਆ ਨਕੀਨ ਮਹਾਂ ਧਨ ਦੇ ਕਰ ਆਪਣੇ ਆਪਣੇ ਥਾਨ ਸੁਧਾਰ। ਇਹ ਜਦੋਂ ਕੱਪੜਿਆਂ 'ਤੇ ਦਮਾਲਿਆਂ ਦੇ ਉੱਪਰ ਪੈਂਦੇ ਸੀ ਨਾ, ਮਹਿਕ ਉੱਠਦੀ ਸੀ। ਇਹ ਅੱਜ ਵਾਲੇ ਕੈਮੀਕਲ ਵਾਲੇ ਰੰਗ ਨਹੀਂ ਸੀਗੇ ਜਿਹੜੇ ਅੱਜ ਆਪਣੇ ਬਾਜ਼ਾਰਾਂ ਵਿੱਚ ਮਿਲਦੇ ਆ। ਮਹਾਰਾਜ ਨੇ ਉਹ ਰੰਗ ਨਹੀਂ ਤਿਆਰ ਕਰਵਾਏ ਜਿਹੜੇ ਅੱਜ ਬਾਜ਼ਾਰਾਂ ਵਿੱਚ ਤੁਸੀਂ ਲੈ ਕੇ ਪਿਚਕਾਰੀਆਂ 'ਚ ਭਰ ਕੇ ਪਾਉਂਦੇ ਹੋ ਇੱਕ ਦੂਜੇ 'ਤੇ, ਆਹ ਰੰਗ ਥੋੜ੍ਹੀ ਸੀਗੇ। ਉਹ ਰੰਗ ਤਾਂ ਜਦੋਂ ਪਾਏ ਜਾਂਦੇ ਸੀ ਇੱਕ ਦੂਜੇ 'ਤੇ ਮਹਿਕ ਸੀਗੀ ਆਉਂਦੀ, ਉਹ ਤਾਂ ਮਹਿੰਗਾ ਭਾਈ ਸੌਦਾ ਸੀਗਾ ਸਾਰਾ। ਅਤੇ ਸਿੱਖਾਂ ਨੇ ਬਹੁਤ ਸਾਰੇ ਪੈਸੇ ਖਰਚ ਕੀਤੇ ਵੀ ਗੁਰੂ ਮਹਾਰਾਜ ਜੀ ਦਾ ਇਹ ਹੁਕਮ ਆ। ਉਦੋਂ ਵਾਲੇ ਜਿਹੜੇ ਸਿੰਘ ਸੀ ਨਾ, ਸਿੱਖ ਸੀਗੇ, ਗੁਰੂ 'ਤੇ ਤਰਕ ਨਹੀਂ ਸੀ ਕਰਦੇ। ਜੇ ਅੱਜ ਆਪਾਂ ਕਹੀਏ ਵੀ ਗੱਲ ਗੱਲ 'ਤੇ ਤਰਕ ਕਰਦੇ ਆਪਾਂ, ਵੀ ਗੁਰੂ ਸ਼ਿਕਾਰ ਖੇਡਦਾ, ਗੁਰੂ ਜੀ ਨੇ ਸ਼ਿਕਾਰ ਕਿਉਂ ਖੇਡਿਆ, ਗੁਰੂ ਜੀ ਨੇ ਹੋਲੀ ਵਾਲੇ ਦਿਨ ਰੰਗ ਕਿਉਂ ਤਿਆਰ ਕਰਵਾਇਆ, ਰੰਗ ਕਿਉਂ ਪਾਇਆ, ਅੱਜ ਵੀ ਹਜ਼ੂਰ ਸਾਹਿਬ ਇਹ ਸਾਰੀ ਮਰਿਆਦਾ ਕਾਇਮ ਆ। ਉੱਥੇ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਇੱਕ ਦੂਜੇ ਉੱਪਰ ਰੰਗ ਪਾਉਂਦੇ ਆ। ਭਾਵੇਂ ਕਿ ਗੁਰੂ ਮਹਾਰਾਜ ਨੇ ਹੋਲੇ ਮਹੱਲੇ ਦੇ ਜਿਹੜੇ ਅਰਥ ਆ, ਹੋਲੇ ਦਾ ਭਾਵ ਹੱਲਾ ਕਰਨਾ, ਹਮਲਾ ਕਰਨਾ, ਮਹੱਲੇ ਤੋਂ ਭਾਵ ਉਹ ਜਗ੍ਹਾ ਜਿੱਥੇ ਹੱਲਾ ਕਰਕੇ ਕਬਜ਼ਾ ਕੀਤਾ ਜਾਂਦਾ। ਮਹਾਰਾਜ ਨੇ ਖਾਲਸੇ ਦੇ ਜਾਹੋ ਜਲਾਲ ਨੂੰ ਪ੍ਰਗਟ ਕੀਤਾ, ਬਨਾਵਟੀ ਲੜਾਈਆਂ ਆਪਸ ਵਿੱਚ ਕਰਵਾਈਆਂ ਖਾਲਸੇ ਦੀਆਂ, ਜਿੱਤਣ ਵਾਲੇ ਜੱਥਿਆਂ ਨੂੰ ਇਨਾਮ ਵੀ ਦਿੱਤੇ। ਹੋਲੇ ਵਾਲੇ ਦਿਨ ਆਪਣੇ ਸਿੰਘਾਂ ਦੇ ਵਿੱਚ ਵੀਰ ਰਸ ਭਰਨ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਾਰਿਆਂ 'ਤੇ ਚੋਟਾਂ ਵਜਾਈਆਂ। ਗੁਰਮੁਖ ਪਿਆਰਿਓ, ਇਹ ਹੋਲਾ ਅਰਬੀ ਭਾਸ਼ਾ ਦਾ ਸ਼ਬਦ ਆ ਅਤੇ ਹੂਲ ਤੋਂ ਬਣਿਆ, ਜਿਹਦੇ ਅਰਥ ਆ ਭਲੇ ਕੰਮਾਂ ਦੇ ਲਈ ਜੂਝਣਾ,
ਸੀਸ ਤਲੀ ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ਤੇ ਚੱਲਣਾ। ਮਹੱਲਾ ਦੇ ਅਰਥ ਉਹ ਜਗ੍ਹਾ ਜਿੱਥੇ ਫਤਿਹ ਕੀਤੀ ਜਾਵੇ ਤੇ ਟਿਕਾਣਾ ਕੀਤਾ ਜਾਵੇ। ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰਿਓ ਖਾਲਸੇ ਵਿੱਚ ਜਿੱਥੇ ਅੰਦਰੂਨੀ ਤੌਰ ਤੇ ਅੰਦਰੋਂ ਉਹਨਾਂ ਨੂੰ ਅਮੀਰ ਬਣਾਇਆ, ਨਾਮ ਦਾ ਰੰਗ ਦਿੱਤਾ, ਉਵੇਂ ਮਹਾਰਾਜ ਜੀ ਨੇ ਉਦੋਂ ਪ੍ਰਾਤਨ ਗ੍ਰੰਥਾਂ ਵਿੱਚ ਲਿਖਿਆ ਵੀ ਖਾਲਸੇ ਦੇ ਨਾਲ ਪ੍ਰੇਮ ਵੀ ਬਹੁਤ ਕੀਤਾ, ਲਾਡ ਵੀ ਬਹੁਤ ਕੀਤਾ। ਗੁਰੂ ਜੀ ਦੇ ਕਹੇ ਅਨੁਸਾਰ ਗੁਰੂ ਕੇ ਪਿਆਰਿਆਂ ਨੇ ਸਾਰਾ ਰੰਗ ਤਿਆਰ ਕਰ ਲਿਆ। ਲੰਗਰ ਹੋਤ ਅਤੋਟ ਜਹਾਂ ਕਹਿ, ਜੋ ਜੇ ਚਾਹਤ ਖਾਏ ਅਹਾਰਾ। ਗੁਰੂ ਕਾ ਲੰਗਰ ਅਤੁੱਟ ਵਰਤਦਾ ਸੀ, ਜੋ ਜੀ ਆਉਂਦਾ ਸੀ ਰਾਜੀ ਜਾਂਦਾ ਸੀ। ਚਾਰੇ ਪਾਸਿਆਂ ਤੋਂ ਮਿਲ ਕੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆਈ ਆ, ਬੜੀ ਭੀੜ ਹੋ ਗਈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਸੀ ਨਾ, ਚੰਗੀ ਕਿਸਮਤ ਸੀ, ਉਹ ਪ੍ਰੇਮ ਦੇ ਨਾਲ ਭਰੇ ਹੋਏ ਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਸ਼ਨ ਕਰਦੇ ਆ। ਉੱਥੇ ਕੀਰਤਨ ਹੋ ਰਿਹਾ, ਤਾਲ ਰਬਾਬ ਪਖਾਵਜ ਕੇ ਬਹੁਬਾਦਤ ਬਾਜਤ ਹੈ ਧੁਨ ਭਾਰੀ। ਬਹੁਤ ਭਾਰੀ ਧੁਨੀ ਦੇ ਵਿੱਚ ਰਬਾਬਾਂ ਵੱਜਦੀਆਂ, ਪਖਾਵਜ ਵੱਜਦੇ ਆ, ਰਾਗੀ ਸਿੰਘ ਰਾਗ ਗਾਉਂਦੇ ਆ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਆਨੰਦ ਹੋ ਰਿਹਾ, ਕਿਤੇ ਭਾਈ ਰਬਾਬ ਦੀ ਧੌਣਾ, ਕਿਤੇ ਪਖਾਵਜ। ਇਹ ਪਖਾਵਜ ਤਬਲੇ ਦੇ ਵਾਂਗ ਹੀ ਹੁੰਦਾ, ਜੋੜੀ ਤਬਲਾ। ਇਹਦਾ ਸੱਜਾ ਭਾਗ ਨੂੰ ਸ਼ਿਆਹੀ ਲੱਗੀ ਹੁੰਦੀ ਆ ਅਤੇ ਖੱਬੇ ਨੂੰ ਆਟਾ ਲਾ ਕੇ ਵਜਾਉਂਦੇ ਹੁੰਦੇ ਸੀ। ਇਹਦੇ ਨਾਲ ਇਹਦੀ ਲੈ ਜਿਹੜੀ ਆ ਠੀਕ ਰਹਿੰਦੀ ਆ। ਗੁਰਮੁਖ ਪਿਆਰਿਓ ਹੁਣ ਤਬਲੇ ਜ਼ਿਆਦਾ ਹਰਮੋਨੀਅਮ ਦੇ ਨਾਲ ਵੱਜਦੇ ਆ, ਪਹਿਲਾਂ ਪਖਾਵਜ ਹੁੰਦੇ ਸੀ। ਤਾਂ ਗੁਰੂ ਕੇ ਦਰਬਾਰ ਵਿੱਚ ਇੱਦਾਂ ਰਾਗ ਕੀਰਤਨ ਹੋ ਰਿਹਾ ਜੀ, ਜਿਵੇਂ ਸਵਰਗ ਹੋਵੇ ਨਾ। ਅਨੰਦਪੁਰ ਸਾਹਿਬ ਇਸ ਤਰ੍ਹਾਂ ਲੱਗ ਰਿਹਾ। ਬਾਜਤ ਹੈ ਸਿੰਘ ਪੌਰ ਕਿਠੌਰਨ, ਨੌਬਤ ਸ਼੍ਰੋਣ ਆਨੰਦ ਉਪਾਵੈ। ਬਹੁਤ ਸੋਹਣੇ ਗੁਰੂ ਕੇ ਉੱਚੇ ਨਿਸ਼ਾਨ ਝੂਲਦੇ ਆ, ਬਹੁਤ ਵੱਡਾ ਉਤਸ਼ਾਹ ਹੋ ਰਿਹਾ, ਜਕਾਰੇ ਲੱਗ ਰਹੇ ਆ। ਹੁਣ ਜਦੋਂ ਇਸ ਤਰ੍ਹਾਂ ਇਹ ਕੀਰਤਨ ਦੀ ਸਮਾਪਤੀ ਹੋਈ ਆ, ਉਸ ਤੋਂ ਬਾਅਦ ਜਿਹੜੀ ਸੰਗਤ ਆ ਉਹ ਜਦੋਂ ਇਕੱਠੀ ਹੋ ਕੇ ਆਈ ਆ, ਉਹਨਾਂ ਨੇ ਜੋ ਕੀਤਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਲੱਕ ਦੇ ਨਾਲ ਉਹਨਾਂ ਦੇ ਝੋਲੇ ਵੱਧੇ ਹੋਏ ਆ, ਗਲਾਲ ਦੇ ਨਾਲ ਭਰ ਕੇ ਉਹਦੇ ਵਿੱਚੋਂ ਮੁੱਠਾਂ ਭਰ ਭਰ ਕੇ ਦੂਜਿਆਂ 'ਤੇ ਪਾਉਂਦੇ ਆ। ਫੇਟਣ ਕੋ ਭਰਵੈ ਸਭ ਆਪ, ਅੰਬੀਰ ਗੁਲਾਲ ਕੁਡਾਰਤ ਹੈ। ਹੱਥਾਂ ਦੇ ਵਿੱਚ ਉਹਨਾਂ ਨੇ ਪਿਚਕਾਰੀਆਂ ਫੜੀਆਂ ਹੋਈਆਂ ਨੇ, ਇੱਕ ਦੂਜੇ ਉੱਪਰ ਸੁੱਟਦੇ ਆ ਰੰਗ। ਕੱਪੜੇ ਕਈਆਂ ਦੇ ਪੀਲੇ ਹੋ ਗਏ, ਕਈਆਂ ਦੇ ਲਾਲ ਹੋ ਗਏ, ਇੰਨੀ ਤੇਜ਼ੀ ਨਾਲ ਰੰਗ ਪਾਉਂਦੇ ਆ। ਪੀਤ ਭਏ ਪੋ ਅੰਬਰ ਲਾਲ ਵਿਸਾਲ, ਸੋ ਬੇਗਤ ਚਾਲਤ ਹੈ। ਏਕ ਨਿਹਾਲਤ ਹੈ ਇੱਕ ਭਾਲਤ, ਏਕ ਸੰਭਾਲ ਉਤਾਲਤ ਹੈ। ਕਈ ਇੱਕ ਦੂਜੇ ਨੂੰ ਵੇਖਦੇ ਆ, ਕਈ ਲੱਭਦੇ ਆ, ਕਈ ਆਪਦੇ ਆਪ ਨੂੰ ਸੰਭਾਲਦੇ ਆ। ਇਹ ਜਿਹੜਾ ਰੰਗ ਆ ਨਾ, ਇਹਦੇ ਵਿੱਚ ਕੇਸਰ ਪਾਇਆ ਹੋਇਆ, ਕਸਤੂਰੀ ਪਾਈ ਹੋਈ ਆ, ਮੁਸ਼ਕ ਕਪੂਰ ਪਾਇਆ ਹੋਇਆ, ਇਸ ਤਰ੍ਹਾਂ ਭਾਵੇਂ ਸ਼ੁੱਧ ਚੀਜ਼ਾਂ ਸੀ। ਇਹ ਅੱਜ ਵਾਲੀਆਂ ਇਹ ਕੈਮੀਕਲ ਵਾਲੇ ਰੰਗ ਨਹੀਂ ਜਿਹੜੇ ਪੈ ਜਾਣਗੇ ਅਤੇ ਸਰੀਰ ਖਰਾਬ ਕਰਨਗੇ। ਮਹਾਰਾਜ ਇਸ ਤਰ੍ਹਾਂ ਦਾ ਰੰਗ ਨਹੀਂ ਤਿਆਰ ਕਰਵਾਉਂਦੇ, ਪੂਰੇ ਮਹਿੰਗੇ ਪੈਸਿਆਂ ਨਾਲ ਬਹੁਤ ਪੈਸੇ ਲਾ ਕੇ ਇਹ ਚੀਜ਼ਾਂ ਤਿਆਰ ਕੀਤੀਆਂ। ਉੱਥੇ ਭਾਈ ਹਵਾ ਦੇ ਵਿੱਚ ਬਹੁਤ ਗਲਾਲ ਉੱਡਿਆ, ਮਾਨੋ ਜਿਵੇਂ ਬੱਦਲੀ ਰੰਗਾਂ ਦਾ ਆ ਗਿਆ ਹੋਵੇ ਅਤੇ ਰੰਗਾਂ ਦੀਆਂ ਬੂੰਦਾਂ ਵਰਸ ਰਹੀਆਂ ਹੋਣ, ਇਵੇਂ ਲੱਗ ਰਿਹਾ। ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ, ਗੁਲਾਲ ਦੀਆਂ ਮੁੱਠਾਂ ਭਰੀਆਂ ਹੋਈਆਂ ਨੇ, ਆਕਾਸ਼ ਵੀ ਸਾਰਾ ਰੰਗਦਾਰ ਹੋ ਗਿਆ। ਇਹ ਭਾਈ ਵੀਰ ਸਿੰਘ ਜੀ ਵੀ ਕਹਿੰਦੇ ਆ ਕਿ ਪਹਿਲਾਂ ਪ੍ਰਾਤਨ ਮਰਿਆਦਾ ਦੇ ਵਿੱਚ ਇਸ ਤਰ੍ਹਾਂ ਹੀ ਖਾਲਸਾ ਅਸ਼ੁੱਧ ਚੀਜ਼ਾਂ ਤੋਂ ਤਿਆਰ ਕਰਕੇ ਰੰਗ ਹੋਲਾ ਖੇਡਦਾ ਰਿਹਾ, ਇੱਕ ਦੂਜੇ 'ਤੇ ਪਾਉਣਾ, ਇਹਦੇ ਨਾਲ ਵਸਤਰਾਂ 'ਚੋਂ ਮਹਿਕ ਆਉਂਦੀ ਹੁੰਦੀ ਸੀ।
ਜਿਵੇਂ ਇਤਰ ਦੀ ਮਹਿਕ ਹੁੰਦੀ ਹੈ। ਇਹ ਰੰਗ ਉਹ ਕੋਈ ਅੱਜ ਵਾਲਾ ਰੰਗ ਨਹੀਂ ਸੀ। ਹੌਲੀ ਹੌਲੀ ਸੁਧਾਰ ਲਹਿਰ ਆਈ, ਉਹਨਾਂ ਨੇ ਇਹ ਮਰਿਆਦਾ ਵੀ ਬਦਲ ਦਿੱਤੀ। ਹਜੇ ਵੀ ਹਜ਼ੂਰ ਸਾਹਿਬ ਪ੍ਰਚਲਿਤ ਆ ਮਰਿਆਦਾ, ਤੁਸੀਂ ਅੱਜ ਵੀ ਜਾਓਗੇ ਉੱਥੇ ਵੇਖ ਸਕਦੇ ਹੋ ਜੀ। ਇਹ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਵਿੱਚ ਲਿਖੀ ਹੋਈ ਆ, ਜਿਹਨੇ ਸਾਡੇ ਪੁਰਾਣੇ ਗ੍ਰੰਥ ਆ ਗੁਰਬਿਲਾਸ, ਮਹਿਮਾ ਪ੍ਰਕਾਸ਼ ਦੇ ਵਿੱਚ, ਸੂਰਜ ਪ੍ਰਕਾਸ਼ ਦੇ ਵਿੱਚ, ਇਹਨਾਂ ਗ੍ਰੰਥਾਂ ਦੇ ਵਿੱਚ ਇਹ ਸਾਰੀ ਕਥਾ ਲਿਖੀ ਹੋਈ ਆ। ਹੋਲੇ ਦੀ ਇਹੀ ਮਰਿਆਦਾ ਜਿਹੜੀ ਇੱਥੇ ਕਵੀ ਜੀ ਲਿਖ ਰਹੇ ਆ ਕਿ ਇੱਦਾਂ ਇੱਦਾਂ ਹੋਲਾ ਖੇਡਿਆ ਜਾਂਦਾ ਹੁੰਦਾ ਸੀ। ਇਹ ਹੋਲੇ ਮਹੱਲੇ ਦਾ ਜਿਹੜਾ ਪੁਰਬ ਆ, ਇਹਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਜੀ ਦੇ ਕਿਲ੍ਹੇ ਵਿੱਚ 1757 ਸੰਮਤ ਨੂੰ ਮਹਾਰਾਜ ਨੇ ਬੰਨਿਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਜਿਹੜੀ ਖਲਕਤ ਆ, ਉਸ ਵੇਲੇ ਦੇ ਜਾਵਰ ਅਤੇ ਜ਼ਾਲਮ ਹਾਕਮਾਂ ਦੇ ਖਿਲਾਫ਼ ਸੰਘਰਸ਼ ਕਰਨ 'ਚ ਕੌਮ ਦੇ ਵਿੱਚ ਜੋਸ਼ ਪੈਦਾ ਕਰਨ ਲਈ ਹੋਲੀ ਨੂੰ ਮਹਾਰਾਜ ਨੇ ਨਵਾਂ ਰੂਪ ਦਿੱਤਾ। ਕਿਉਂਕਿ ਹੋਲੀ ਵਾਲੇ ਦਿਨ ਲੋਕ ਭੰਗ ਪੀਂਦੇ ਹੁੰਦੇ ਸੀ ਅਤੇ ਉਹਨਾਂ ਨੇ ਜਨਾਨੀਆਂ ਨੂੰ, ਇਸਤਰੀਆਂ ਨੂੰ ਮਜ਼ਾਕ ਕਰਨਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਚੀਜ਼ਾਂ ਹਟਾ ਦਿੱਤੀਆਂ ਅਤੇ ਗੁਰੂ ਜੀ ਨੇ ਇਹਨੂੰ ਹੋਲੀ ਨੂੰ ਹੋਲਾ ਬਣਾ ਦਿੱਤਾ ਅਤੇ ਖਾਲਸੇ ਨੂੰ ਯੁੱਧ ਵਿੱਦਿਆ ਦੇ ਵਿੱਚ ਪ੍ਰਵੀਨ ਬਣਾਉਣ ਲਈ ਇਹ ਤਿਉਹਾਰ ਦਾ ਸੰਬੰਧ ਸੂਰਮਤਾਈ ਦੇ ਨਾਲ ਮਹਾਰਾਜ ਨੇ ਜੋੜਿਆ, ਜਿਹਦੇ ਵਿੱਚ ਘੋੜ ਸਵਾਰੀ ਦੇ ਜੌਹਰ, ਪੈਦਲ ਅਤੇ ਇੱਕ ਤਰ੍ਹਾਂ ਦੀ ਬਨਾਵਟੀ ਲੜਾਈ ਮਹਾਰਾਜ ਕਰਵਾਉਂਦੇ, ਜਿਹੜੇ ਜਿੱਤ ਜਾਂਦੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਂਦਾ ਮਹਾਰਾਜ ਵੱਲੋਂ, ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਂਦੀ, ਘੋੜ ਸਵਾਰੀ, ਗੱਤਕੇਬਾਜ਼ੀ, ਜੰਗਜੂ ਕਰਤੱਬੇ ਦੇ ਵਿੱਚ ਦੇਖਣ ਯੋਗ ਹੁੰਦੇ, ਦੀਵਾਨ ਸੱਜਦੇ, ਕਥਾ ਕੀਰਤਨ ਹੁੰਦਾ, ਵੀਰ ਅਸਵਾਰਾਂ ਗਾਈਆਂ ਜਾਂਦੀਆਂ, ਅਨੇਕਾਂ ਹੀ ਕਵੀ ਜਨ ਆਉਂਦੇ ਉੱਥੇ। ਤਾਂ ਗੁਰਮੁਖ ਪਿਆਰਿਓ, ਇਵੇਂ ਭਾਰਤੀ ਲੋਕਾਂ ਦੇ ਮਨੋਬਲ ਨੂੰ ਮਹਾਰਾਜ ਨੇ ਉੱਚਾ ਕੀਤਾ, ਤਾਂ ਇਹ ਕਾਇਰਤਾ ਭਰੇ ਮਾਹੌਲ ਦੇ ਵਿੱਚ ਜਿਹੜੇ ਲੋਕ ਸੀਗੇ ਹੋਲੀ ਬਣਾਉਂਦੇ ਹੁੰਦੇ ਸੀ, ਮਹਾਰਾਜ ਨੇ ਔਰਣ ਕੀ ਹੋਲੀ ਮਮ ਹੋਲਾ, ਮਹਾਰਾਜ ਨੇ ਕਿਹਾ ਭਾਈ ਖਾਲਸਾ ਵੀ ਹੋਲਾ ਮਨਾਵੇਗਾ, ਹੋਲੀ ਨਹੀਂ ਮਨਾਈ ਜਾਵੇਗੀ। ਇਹ ਤਾਂ ਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸੇ ਨੂੰ ਵੀਰ ਰਸ ਵਾਲੇ ਰੰਗ ਵਿੱਚ ਰੰਗ ਦਿੱਤੇ, ਅਤੇ ਬਾਹਰੀ ਜਿਹੜਾ ਰੰਗ ਆ ਉਹ ਵੀ ਜਿਹੜਾ ਪਾਉਂਦੇ ਹੁੰਦੇ ਸੀ, ਮੈਂ ਕਹਿ ਰਿਹਾ ਖੁਸ਼ਬੂਦਾਰ ਹੁੰਦਾ ਸੀ, ਜਿਹਦੇ ਵਿੱਚ ਭਾਈ ਚੰਦਨ, ਚੰਦਨ ਦੀ ਖੁਸ਼ਬੂ, ਜਿਹਦੇ ਵਿੱਚ ਕਸਤੂਰੀ, ਮੁਸ਼ਕ ਕਪੂਰ, ਬਹੁਤ ਮਹਿੰਗੀਆਂ ਚੀਜ਼ਾਂ ਦੀ ਖੁਸ਼ਬੂ ਹੁੰਦੀ ਸੀ। ਅਤੇ ਇਹ ਜਦੋਂ ਗੁਲਾਲ ਉੱਡਦਾ ਸੀ ਨਾ ਦਮਾਲਿਆਂ 'ਤੇ ਪੈਂਦਾ ਸੀ, ਗੁਰੂ ਕੇ ਸਿੰਘਾਂ ਦੇ ਬਾਣੇ 'ਤੇ ਪੈਂਦਾ ਸੀ, ਉਹਦੇ ਵਿੱਚੋਂ ਖੁਸ਼ਬੂ ਆਉਂਦੀ ਹੁੰਦੀ ਸੀ। ਜਿਹੜੇ ਬਹੁਤ ਸਮੇਂ ਤੋਂ ਉਦਾਸ ਸੀ, ਇਹਨਾਂ ਦਾ ਦਿਲ ਜਿਹੜਾ ਸੀਗਾ ਪਤਾ ਨਹੀਂ ਸੀ ਲੱਗਦਾ ਜ਼ਿੰਦਗੀ ਕੀ ਆ, ਸਵਾਲਾਂ ਦੇ ਜਵਾਬ ਨਹੀਂ ਸੀ ਮਿਲਦੇ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਗੁਰੂ ਦੇ ਸਿੰਘਾਂ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਆ ਜੀ। ਸ੍ਰੀ ਕਲਗੀਧਰ ਸੰਗਤ ਮੈਂ ਸੁਰ ਬ੍ਰਿੰਦ ਜਿਉ ਇੰਦਰ ਵਿਰਾਜਤ ਹੈ। ਕਲਗੀਧਰ ਮਹਾਰਾਜ ਸੰਗਤਾਂ ਵਿੱਚ ਇਉਂ ਸੋਭ ਰਹੇ ਆ ਮਾਨੋ ਜਿਵੇਂ ਇੰਦਰ ਦੇਵਤਿਆਂ ਵਿੱਚ ਵਿਰਾਜਦਾ ਹੈ, ਜਿਵੇਂ ਯਾਦਵਾਂ ਦੇ ਵਿੱਚ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਬਹੁਤ ਕੌਤਕ ਕਰਦੇ ਹਨ, ਇਸ ਤਰ੍ਹਾਂ ਜਿਵੇਂ ਮਾਨੋ ਸ਼੍ਰੀ ਰਾਮ ਚੰਦਰ ਜੀ ਰਾਜਿਆਂ ਨੂੰ ਮਿਲ ਕੇ ਵੱਡੀ ਖੁਸ਼ੀ ਪ੍ਰਗਟ ਕਰ ਦਿੰਦੇ ਆ, ਇਵੇਂ ਕਹਿ ਭਗਤੀ ਸੁਰ ਸੰਪਦਾ ਕੇ ਜੁੱਤ ਸ੍ਰੀ ਬ੍ਰਹਮ ਗਿਆਨ ਕੁਸ਼ਾਜਿਤ ਹੈ। ਮਹਾਰਾਜ ਜੀ ਇਸ ਤਰ੍ਹਾਂ ਆਪਦੇ ਖਾਲਸੇ ਨੂੰ ਭਾਈ ਖੁਸ਼ੀਆਂ ਦੇ ਰਹੇ। ਅੱਜ ਫਿਰ ਉੱਥੇ ਇੱਕ ਅਜਬ ਕੌਤਕ ਹੋਇਆ, ਜਿਹਨੇ ਵੀ ਮਹਾਰਾਜ ਨੂੰ ਹੋਲਾ ਮਹੱਲਾ ਇਹ ਪੁਰਬ ਮਨਾਉਂਦਿਆਂ ਨੂੰ ਦੇਖਿਆ, ਉਹਨਾਂ ਦੀ ਕਿਸਮਤ, ਉਹਨਾਂ ਦੇ ਮੱਥੇ ਦੇ ਭਾਗ ਬੜੇ ਚੰਗੇ ਸੀਗੇ, ਕਿਉਂਕਿ ਗੁਰੂ ਮਹਾਰਾਜ ਜੀ ਦੇ ਲਾਲ ਗੁਲਾਲ ਲੈ ਕੇ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਉਂਦੇ ਆ ਅਤੇ ਗੁਰਮੁਖ ਪਿਆਰਿਓ ਫੇਰ ਭਾਈ ਨੰਦ ਲਾਲ ਜੀ ਕਵੀ ਜੀ ਕਹਿੰਦੇ ਅੱਗੇ ਆਏ ਆ। ਨੇਰੇ ਭਏ ਨੰਦ ਲਾਲ, ਲਾਲ ਕੇ ਗਲਾਲ, ਤਬ ਭਾਲ ਪੈ ਕਿਰਪਾਲ ਨੇ ਵਿਸਾਲ ਮੇਨ ਦੀਨੀ। ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਦੇ ਮੱਥੇ ਉੱਪਰ ਇਹ ਰੰਗ ਲਾਇਆ ਜੀ, ਖੁਸ਼ਬੂ ਵਾਲਾ ਰੰਗ ਲਾਇਆ, ਅਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਉੱਥੇ ਕਵਿਤਾ ਵੀ ਬਣਾਈ ਹੈ। ਇਹ ਜਿਹੜੀ ਕਵਿਤਾ ਸੀ ਇਹ ਫਾਰਸੀ ਦੇ ਵਿੱਚ ਸੀ ਅਤੇ ਜਿਹਦੇ ਅਰਥ ਬੜੇ ਸੋਹਣੇ ਆ। ਇਹ ਜਿਹੜੀ ਕਵਿਤਾ ਸਬੂਤ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਮੇਂ ਹੋਲਾ ਖੇਡਦੇ ਸੀ। ਅਲਤਾ, ਅਤਰ, ਅੰਬੀਰ, ਗੁਲਾਬ, ਇਹ ਸਾਰੇ ਦੀਵਾਨ, ਕੀਰਤਨ, ਮਹੱਲਾ ਚੜ੍ਹਨਾ, ਇਹ ਕੌਤਕ ਗੁਰੂ ਕੇ ਦਰਬਾਰ ਵਿੱਚ ਹੁੰਦੇ ਰਹੇ। ਇਹ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਦਾ ਸਬੂਤ ਆ ਕਿਉਂਕਿ ਉਹਨਾਂ ਨੇ ਹੋਲੇ ਵਿੱਚ ਜੋ ਹੋਇਆ ਉਹ ਅੱਖੀਂ ਦੇਖਿਆ। ਇਹ ਜਿਹੜੀ ਫਾਰਸੀ ਵਿੱਚ ਆ ਇਹ ਵੈਸੇ ਆਪਾਂ ਹੁਣ ਗੁਰਮੁਖੀ ਪੰਜਾਬੀ ਪੜ੍ਹਦੇ ਹਾਂ ਤਾਂ ਥੋੜ੍ਹੀ ਬਹੁਤੀ ਆਪਾਂ ਹਿੰਦੀ ਸਮਝ ਲੈਂਦੇ ਹਾਂ, ਪਰ ਇਹ ਸਾਨੂੰ ਫਾਰਸੀ ਸਮਝ ਨਹੀਂ ਆਉਂਦੀ। ਪਰ ਫਿਰ ਵੀ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ ਜੀ। ਇਹ ਹੋਲੇ 'ਤੇ ਭਾਈ ਨੰਦ ਲਾਲ ਜੀ ਨੇ ਕਵਿਤਾ ਸੁਣਾਈ ਸੀ, ਬਹੁਤ ਪ੍ਰੇਮ ਕੀਤਾ ਸੀ ਮਹਾਰਾਜ ਨੂੰ। ਇਹ ਗੁਰੂ ਸਾਹਿਬ ਜੀ ਦੇ 52 ਕਵੀਆਂ ਵਿੱਚੋਂ ਇੱਕ ਮਹਾਨ ਕਵੀ ਹੋਏ ਆ। ਕਹਿੰਦੇ ਨੇ ਕਵਿਤਾ ਵਿੱਚ, ਗੁਲੇ ਹੋਲੀ ਬਾਗੇ ਦਹਿਰ ਈ ਬੇਸ਼ਗੁਫਤ, ਲਵੇ ਚੂੰ ਗੁਚਹਾਰਾ ਫਰਗੁੰਦ ਹੈ ਖੂ ਕਰਦ, ਗੁਲਾਬੋ ਅੰਬਰੋ ਮੁਸ਼ਕੋ ਅਬੀਰੋ ਚੂੰ ਬਾਰਾਂ ਬਾਰਸ਼ੇ ਅੱਜ ਸ਼ਬੂਸ਼ ਕਰਦ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਕਵਿਤਾ ਗਾਈ, ਜਿਹਦੇ ਅਰਥ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮੁਬਾਰਕ ਹੱਥਾਂ ਦਾ ਗੁਲਾਲ, ਜਿਹਦੇ ਨਾਲ ਸਾਰੀ ਜ਼ਮੀਨ ਅਤੇ ਆਸਮਾਂ ਅਤੇ ਅਨੰਦਪੁਰ ਸਾਹਿਬ ਰੰਗਿਆ ਹੋਇਆ। ਮੈਂ ਸਦਕੇ ਜਾਂਦਾ ਉਹ ਵਾਜਾਂ ਵਾਲੇ ਤੋਂ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਮਹਾਰਾਜ ਜੀ ਨੇ ਖਾਲਸੇ 'ਤੇ ਲਾਉਣ ਲਈ ਰੰਗ ਫੜਿਆ ਹੋਇਆ, ਜਿਨ੍ਹਾਂ ਨੇ ਹਰ ਬੇਰੰਗ ਨੂੰ ਖੁਸ਼ ਰੰਗ ਕਰ ਦਿੱਤਾ, ਜਿਨ੍ਹਾਂ ਨੇ ਬੇਰੰਗਿਆਂ ਨੂੰ ਰੰਗ ਦੇ ਦਿੱਤਾ। ਮੈਂ ਸਦਕੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਜੋ ਸਦਾ ਦੇ ਪ੍ਰਧਾਨ ਨੇ, ਜਿਹਨੇ ਵੀ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਹੋਲਾ ਮਨਾਉਂਦੇ ਦੇਖ ਲਿਆ, ਉਹਨੇ ਆਪਣੀ ਉਮਰ ਦੀ ਮੁਰਾਦ ਚੰਗੀ ਤਰ੍ਹਾਂ ਪਾਲੀ ਆ, ਭਾਵ ਉਹਦਾ ਇੱਥੇ ਧਰਤੀ 'ਤੇ ਆਉਣਾ ਸਫਲ ਹੋ ਗਿਆ। ਇਵੇਂ ਭਾਈ ਨੰਦ ਲਾਲ ਜੀ ਨੇ ਕਵਿਤਾ ਸੁਣਾਈ, ਮਹਾਰਾਜ ਬਹੁਤ ਪ੍ਰਸੰਨ ਹੋਏ। ਉਦੋਂ ਹੀ ਤਾਂ ਮਹਾਰਾਜ ਨੇ ਉਹਨਾਂ ਦਾ ਨਾਮ ਦੀਵਾਨ ਏ ਗੋਇਆ ਰੱਖਿਆ ਸੀਗਾ। ਸੁਣਤ ਪ੍ਰਸੰਗ ਗੁਰੂ ਅਬਰਾਮੂ, ਧਰ ਦੀਵਾਨ ਗੋਇਆ ਤਿਸ ਨਾਮੂ। ਮਹਾਰਾਜ ਕਹਿੰਦੇ ਭਾਈ ਤੇਰੇ 'ਤੇ ਸਾਡੀ ਬੜੀ ਖੁਸ਼ੀ ਆ। ਫਿਰ ਸੰਗਤ ਉੱਤੇ ਮਹਾਰਾਜ ਨੇ ਸਾਰਿਆਂ ਨੂੰ ਤੱਕਿਆ, ਬਹੁਤ ਮਿਹਰ ਦੇ ਸਾਈ ਨੇ ਨਿਗਾਹ ਕੀਤੀ, ਸਾਰਿਆਂ ਦਾ ਰੰਗ ਲਾਲ ਹੋ ਗਿਆ। ਭਾਈ ਨੰਦ ਲਾਲ ਜੀ ਕਹਿੰਦੇ ਆ ਮਾਨੋ ਜਿਵੇਂ ਕੇਸੂਆਂ ਦਾ ਬਾਗ ਖਿੜਿਆ ਹੋਵੇ, ਸੁੰਦਰ ਸੋਭਾ ਰਹੀ ਪ੍ਰਕਾਸ਼, ਸਾਰੇ ਬੜੇ ਸੋਹਣੇ ਲੱਗ ਰਹੇ ਆ। ਤਾਂ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਯੁੱਧ ਅਭਿਆਸ ਖਾਲਸੇ ਤੋਂ ਕਰਵਾਇਆ, ਜੰਗੀ ਕਰਤੱਬ ਵੀ ਕਰਾਏ। ਗੁਰਮੁਖ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਨੰਦਪੁਰ ਸਾਹਿਬ ਦੇ ਵਿੱਚ ਸ਼ੁਰੂ ਕੀਤਾ ਹੋਲਾ ਮਹੱਲਾ ਕੱਢਣ ਦੀ ਰੀਤ ਅੱਜ ਵੀ ਪ੍ਰਚਲਿਤ ਆ। ਨਿਹੰਗ ਸਿੰਘ ਜਿਹੜੇ ਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਦੇ, ਉਪਰੰਤ ਹੋਲਾ ਮਹੱਲਾ ਸ਼ੁਰੂ ਕਰਦੇ ਆ। ਨਗਾਰਿਆਂ ਦੀ ਗੂੰਜ ਹੁੰਦੀ ਆ, ਨਿਸ਼ਾਨ ਸਾਹਿਬ ਜਿਹੜੇ ਆ ਚੜ੍ਹਾਏ ਜਾਂਦੇ ਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ, ਬਹੁਤ ਵੱਡੀ ਗਿਣਤੀ ਵਿੱਚ ਆਉਂਦੀਆਂ ਨੇ, ਅਤੇ ਹਜ਼ੂਰ ਸਾਹਿਬ ਦੇ ਵਿੱਚ ਵੀ ਹੋਲੇ ਮਹੱਲੇ ਨੂੰ
ਇਹ ਪੁਰਬ ਨੂੰ ਮਨਾਇਆ ਜਾਂਦਾ। ਉਹਦੇ ਵਿੱਚ ਕੀ ਹੁੰਦਾ, ਇੱਕ ਬੜਾ ਸੋਹਣਾ ਘੋੜਾ ਸ਼ਿੰਗਾਰਿਆ ਹੋਇਆ ਨੀਲਾ ਘੋੜਾ ਅੱਗੇ ਚੱਲਦਾ, ਪਿੱਛੇ ਸੰਗਤਾਂ, ਸੂਰਮੇ ਵੀ ਹੁੰਦੇ ਆ ਨਾਲ, ਨਿਹੰਗ ਸਿੰਘ ਵੀ ਹੁੰਦੇ ਆ, ਘੋੜੇ ਬੜੀ ਤੇਜ਼ੀ ਨਾਲ ਭੱਜਦੇ ਆ, ਪਿੱਛੇ ਪਿੱਛੇ ਸੰਗਤਾਂ ਵੀ, ਇਹਨੂੰ ਮਹੱਲਾ ਕਹਿੰਦੇ ਆ। ਇਹ ਅਨੰਦਪੁਰ ਸਾਹਿਬ ਅਤੇ ਹਜ਼ੂਰ ਸਾਹਿਬ ਤੋਂ ਇਲਾਵਾ ਇਸ ਤਰ੍ਹਾਂ ਦਾ ਭਾਈ ਹੋਲਾ ਮਹੱਲਾ ਕਿਧਰੇ ਨਹੀਂ ਮਨਾਇਆ ਜਾਂਦਾ ਹੋਰ, ਤਾਂ ਇਹ ਗੁਰੂ ਮਹਾਰਾਜ ਦੀ ਇੱਕ ਕਲਾ ਹੀ ਆ ਇਹਨਾਂ ਤਖਤਾਂ 'ਤੇ। ਪਾਉਂਟਾ ਸਾਹਿਬ ਵੀ ਇਹ ਮਨਾਇਆ ਜਾਂਦਾ ਕਿਉਂਕਿ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕਵੀ ਆ ਉਹ ਕਾਫੀ ਸਮਾਂ ਰਹੇ ਆ, 52 ਕਵੀ ਸੀ ਨਾ ਮਹਾਰਾਜ ਜੀ ਦੇ, 4.5 ਸਾਲ ਇੱਥੇ ਰਹੇ ਆ, ਇਸ ਕਰਕੇ ਪਾਉਂਟਾ ਸਾਹਿਬ ਦੇ ਵਿੱਚ ਵੀ ਰੌਣਕਾਂ ਲੱਗਦੀਆਂ ਨੇ। ਪਰ ਮੈਂ ਇੱਥੇ ਕਹੂੰਗਾ, ਕੁਝ ਲੋਕ ਭਾਈ ਅੱਜ ਟਰੈਕਟਰਾਂ ਦੀਆਂ ਰੇਸਾਂ ਦੇ ਕੇ ਹੁੱਲੜਬਾਜ਼ੀ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਆ, ਉਹਨਾਂ ਨੂੰ ਜ਼ਰੂਰ ਕੁਝ ਸਿੱਖਣਾ ਚਾਹੀਦਾ। ਇੱਥੇ ਆ ਕੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਗੁਰੂ ਕੇ ਲੰਗਰਾਂ ਵਿੱਚ, ਇਹ ਨਾ ਹੋਵੇ ਅਸੀਂ ਜਾਈਏ ਤਾਂ ਤੀਰਥ ਯਾਤਰਾ ਕਰਨ ਪਰ ਸਿੱਖ ਕੇ ਕੁਝ ਨਾ ਆਈਏ। ਗੁਰੂ ਕੇ ਲੰਗਰਾਂ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਸਫਾਈ ਜ਼ਰੂਰੀ ਹੈ, ਜਦੋਂ ਵਾਪਸ ਆਉਣਾ ਉਦੋਂ ਵੀ ਸਫਾਈ ਜ਼ਰੂਰੀ ਹੈ, ਅਤੇ ਨਾਲ ਗੁਰੂ ਦਾ ਇਤਿਹਾਸ ਪੜ੍ਹਨਾ ਸੁਣਨਾ ਵੀ ਬੜਾ ਜ਼ਰੂਰੀ ਆ। ਗੁਰੂ ਕੇ ਲੰਗਰ ਵੀ ਬੜੇ ਜ਼ਰੂਰੀ ਆ, ਕਿਤਾਬਾਂ ਦੇ ਲੰਗਰ ਵੀ ਜ਼ਰੂਰੀ ਆ ਨਾਲ। ਗੁਰਮੁਖ ਪਿਆਰਿਓ, ਜਿਹੜੇ ਬੁਲਟਾਂ ਦੇ ਪਟਾਕੇ ਪਾਉਂਦੇ ਆ ਹੁੱਲੜਬਾਜ਼ੀ ਕਰਕੇ ਜਾਂਦੇ ਆ, ਉਹਨਾਂ ਨੂੰ ਭਾਈ ਸਿੱਖਣਾ ਚਾਹੀਦਾ। ਉਹ ਤਾਂ ਸਗੋਂ ਪ੍ਰਣ ਕਰਨ ਕਿ ਅਸੀਂ ਜਦੋਂ ਅਗਲੀ ਵਾਰ ਆਈਏ ਸਾਡੇ ਸਿਰਾਂ ਦੇ ਉੱਪਰ ਕੇਸ ਹੋਣ, ਦਾੜੇ ਪ੍ਰਕਾਸ਼ ਹੋਣ, ਅਸੀਂ ਵੀ ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਸਾਨੂੰ ਤਾਂ ਭਾਈ ਪ੍ਰਣ ਕਰਨਾ ਚਾਹੀਦਾ ਸੀ, ਅਸੀਂ ਕਿੱਧਰ ਨੂੰ ਹੋ ਤੁਰੇ ਹਾਂ। ਅਤੇ ਜਿਹੜੀ ਹੋਲੀ ਲੋਕ ਮਨਾਉਂਦੇ ਹੁੰਦੇ ਸੀ ਉਹ ਤੋਂ ਮਹਾਰਾਜ ਨੇ ਵਰਜਿਆ ਸਾਨੂੰ, ਉਹਦੇ ਵਿੱਚ ਲੋਕ DJ ਲਾ ਲੈਂਦੇ ਸੀ, ਭੰਗ ਪੀ ਲੈਂਦੇ ਸੀ, ਇੱਕ ਦੂਜੇ ਉੱਪਰ ਰੰਗ ਪਾ ਦਿੰਦੇ ਆ, ਅੱਜ ਵੀ ਇਹ ਹੁੰਦਾ। ਮਹਾਰਾਜ ਨੇ ਅਜਿਹੀ ਹੋਲੀ ਸਤਿਗੁਰੂ ਮਹਾਰਾਜ ਨੇ ਵਰਜੀ ਆ, ਪਰ ਉਤਸ਼ਾਹ ਦੇ ਨਾਲ ਗੁਰਬਾਣੀ ਦੇ ਕੀਰਤਨ ਦੇ ਨਾਲ ਉਹ ਵਿਛੜੀਆਂ ਸੰਗਤਾਂ ਦੇ ਮੇਲੇ ਕਰਵਾਉਂਦਾ। ਅਤੇ ਇਹੋ ਜਿਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਬਣਾ ਦਿੱਤੀ, ਇਹਨੂੰ ਆਪ ਗੁਰੂ ਜੀ ਨੇ ਪ੍ਰਗਟ ਕੀਤਾ ਵੀਰ ਰਸ ਦੇ ਨਾਲ। ਹਜੇ ਤੱਕ ਇਹ ਹੋਲਾ ਮਹੱਲਾ ਜੋਸ਼ ਨਾਲ ਮਨਾਇਆ ਜਾਂਦਾ। ਗੁਰਮੁਖ ਪਿਆਰਿਓ, ਆਹ ਜਿਹੜੀ ਹੋਲੀ ਆ ਇਹ ਬਹੁਤ ਪੁਰਾਤਨ ਸਮੇਂ ਤੋਂ ਚੱਲੀ ਆਉਂਦੀ ਹੈ, ਅੱਜ ਦੀ ਨਹੀਂ ਲੋਕ ਖੇਡਦੇ, ਬਹੁਤ ਸਾਲ ਹੋ ਗਿਆ। ਇਹਦਾ ਜਿਹੜਾ ਹਰਨਾਕਸ਼ ਸੀਗਾ ਉਹਨੂੰ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਸੀ ਆਪਣੇ ਪੁੱਤਰ ਪ੍ਰਹਿਲਾਦ ਨੂੰ, ਜਿਹੜਾ ਰੱਬ ਦਾ ਭਗਤ ਸੀ। ਕਹਿੰਦਾ ਹੁੰਦਾ ਸੀ ਮੇਰਾ ਨਾਮ ਹੀ ਜਪਿਆ ਕਰ, ਉਹ ਪ੍ਰਹਿਲਾਦ ਹਟਿਆ ਨਹੀਂ, ਇਹਨੇ ਉਹਨੂੰ ਸੋਚਿਆ ਮੈਂ ਮਾਰਦਾ। ਭਗਤ ਪ੍ਰਹਿਲਾਦ ਜੀ ਕਹਿੰਦੇ ਸੀ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੈਂ ਪਰਮਾਤਮਾ ਦਾ ਨਾਮ ਜਪਣਾ ਪਿਤਾ ਜੀ ਨਹੀਂ ਛੱਡ ਸਕਦਾ। ਫਿਰ ਇਹਨੇ ਉਹਨਾਂ ਨੂੰ ਮਾਰਨ ਦੀਆਂ ਬਹੁਤ ਤਰ੍ਹਾਂ ਦੀਆਂ ਜੁਗਤਾਂ ਲਾਈਆਂ, ਕਿਵੇਂ ਮੈਂ ਆਪਦੇ ਪੁੱਤਰ ਨੂੰ ਮਾਰਾਂ, ਅੱਗ 'ਚ ਵੀ ਸੁੱਟਿਆ, ਪਾਣੀ 'ਚ ਵੀ ਸੁੱਟਿਆ, ਇਹਨੇ ਆਪਣੇ ਬੱਚੇ ਨੂੰ ਤਸੀਹੇ ਦਿੱਤੇ, ਕੋਠੇ 'ਚ ਰੱਖਿਆ, ਜਿੰਦਾ ਵੀ ਲਾਤਾ ਬਾਹਰੋਂ, ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਲ। ਪਰ ਉਹ ਭਗਤ ਜੀ ਰੱਬ ਦੇ ਪਿਆਰੇ ਸੀਗੇ, ਬੱਚੇ ਜਿਹੜੇ ਸੀਗੇ ਉਹ ਡਰੇ ਨਹੀਂ ਹੈਗੇ। ਭਗਤ ਪ੍ਰਹਿਲਾਦ ਨੂੰ ਤਸੀਹੇ ਬੜੇ ਦਿੱਤੇ, ਡਰਾਇਆ ਬਹੁਤ ਵੀ ਇਹ ਰੱਬ ਦਾ ਨਾਮ ਜਪਣਾ ਛੱਡ ਦੇਵੇ, ਪਹਾੜ ਤੋਂ ਵੀ ਸੁੱਟਿਆ, ਅੱਗ 'ਚ ਵੀ ਸੁੱਟਿਆ, ਪਾਣੀ 'ਚ ਵੀ ਸੁੱਟਿਆ। ਪਰ ਭਗਤ ਪ੍ਰਹਿਲਾਦ ਜੀ ਜਿਸਦਾ ਸਾਹਿਬ ਡਾਢਾ ਹੋਏ ਅਤੇ ਉਸਨੂੰ ਮਾਰ ਨਾ ਸਕੇ, ਇਹਦੇ ਵੱਲ ਰੱਬ ਹੋਵੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ, ਲੱਖਾਂ ਬਾਹਾਂ ਵੀ ਉਹਦਾ ਮਿਲ ਕੇ ਕੁਝ ਵਿਗਾੜ ਨਹੀਂ ਸਕਦੀਆਂ। ਭਗਤ ਪ੍ਰਹਿਲਾਦ ਜੀ ਨੂੰ ਸੱਪਾਂ ਅੱਗੇ ਵੀ ਸੁੱਟਿਆ ਜਦੋਂ, ਅਤੇ ਸੱਪ ਵੀ ਭਗਤ ਜੀ ਨੂੰ ਮੱਥਾ ਟੇਕ ਜਾਂਦੇ, ਨਮਸਕਾਰ ਕਰਦੇ ਆ।
ਭਗਤ ਪ੍ਰਹਿਲਾਦ ਜੀ ਦੀ ਰੱਖਿਆ ਪਰਮਾਤਮਾ ਨੇ ਕੀਤੀ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਅਤੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਭ ਬੇਕਾਰ ਗਈਆਂ। ਤਾਂ ਉਸ ਸਮੇਂ ਕੀ ਹੋਇਆ ਸੀਗਾ, ਪ੍ਰਹਿਲਾਦ ਦੀ ਜਿਹੜੀ ਭੂਆ ਸੀ, ਹਰਨਾਕਸ਼ ਦੀ ਭੈਣ ਸੀ, ਉਹਨੇ ਕਿਹਾ ਵੀ ਮੇਰੇ ਕੋਲ ਇੱਕ ਤਕਰੀਬ ਆ ਜਿਹਦੇ ਨਾਲ ਮੈਂ ਆਪਣੇ ਭਤੀਜੇ ਨੂੰ ਮਾਰ ਸਕਦੀ ਹਾਂ ਅਤੇ ਤੈਨੂੰ ਖੁਸ਼ੀ ਦੇ ਸਕਦੀ ਹਾਂ। ਫਿਰ ਉਹ ਕਹਿਣ ਲੱਗੀ, ਜੇ ਕਿਸੇ ਵੀ ਤਰੀਕੇ ਨਾਲ ਨਹੀਂ ਮਰਦਾ, ਅੱਗ ਨਾਲ, ਪਾਣੀ ਨਾਲ, ਸੱਪਾਂ ਨਾਲ, ਲਿਆਓ ਇਹਨੂੰ ਮੈਂ ਆਪਦੀ ਗੋਦੀ ਵਿੱਚ ਬਿਠਾਵਾਂਗੀ ਅਤੇ ਅੱਗ 'ਤੇ ਬੈਠਾਂਗੀ, ਕਿਉਂਕਿ ਮੇਰੇ ਕੋਲ ਇੱਕ ਲੋਈ ਆ, ਉਹ ਮੈਂ ਆਪਣੇ ਉੱਪਰ ਲੈ ਲਵਾਂ, ਉਹਨੂੰ ਵਰ ਹੋਇਆ ਫਿਰ ਮੈਂ ਨਹੀਂ ਸੜਾਂਗੀ। ਹੋਲਕਾ ਨੂੰ ਵਰ ਹੋਇਆ ਸੀਗਾ, ਪ੍ਰਹਿਲਾਦ ਦੀ ਭੂਆ ਹੋਲਕਾ ਸੀਗੀ। ਕਹਿਣ ਲੱਗੀ, ਮੈਂ ਬਚ ਜਾਵਾਂਗੀ, ਪ੍ਰਹਿਲਾਦ ਮਰ ਜਾਵੇਗਾ। ਇਸ ਤਰ੍ਹਾਂ ਉਹ 5 ਸਾਲ ਦੇ ਬੱਚੇ ਭਗਤ ਪ੍ਰਹਿਲਾਦ ਜੀ ਨੂੰ ਹੋਲਕਾ ਨੇ ਗੋਦੀ 'ਚ ਬਿਠਾ ਲਿਆ ਅਤੇ ਆਸੇ ਪਾਸੇ ਆਪਣੇ ਅੱਗ ਬਾਲ ਲਈ। ਪਰ ਹੋਣੀ ਜਿਹੜੀ ਕਰਤਾਰ ਦੀ ਉਲਟ ਹੋ ਗਈ। ਜੋ ਹੋਣਾ ਸੀਗਾ ਇਹਨਾਂ ਨੇ ਸੋਚਿਆ ਸੀ, ਦੋਸਤਾਂ ਨੇ, ਹੋਇਆ ਨਹੀਂ, ਉੱਦਾਂ ਭੈਣ ਭਰਾਵਾਂ ਨੇ। ਹੋਲਕਾ ਜਿਹੜੀ ਸੀ ਉਹ ਸੜ ਗਈ, ਭਗਤ ਪ੍ਰਹਿਲਾਦ ਜੀ ਉੱਥੇ ਬਚ ਜਾਂਦੇ। ਉਦੋਂ ਵੀ ਮੰਨਿਆ ਜਾਂਦਾ ਵੀ ਉਦੋਂ ਦਾ ਇਹ ਹੋਲਕਾ ਦੇ ਨਾਮ ਤੋਂ ਹੋਲੀ ਤਿਉਹਾਰ ਪੈ ਗਿਆ ਸੀਗਾ। ਸਦੀਆਂ ਪੁਰਾਣਾ ਤਿਉਹਾਰ ਆ, ਲੋਕ ਮਨਾ ਰਹੇ ਸੀਗੇ, ਪਰ ਗਿਰਾਵਟ ਆ ਗਈ ਸੀ ਇਹਦੇ ਵਿੱਚ। ਮਹਾਰਾਜ ਨੇ ਆਪਦੇ ਸਿੰਘਾਂ ਨੂੰ, ਸਿੱਖਾਂ ਨੂੰ, ਖਾਲਸੇ ਨੂੰ ਖੁਸ਼ੀ ਦੇਣੀ ਸੀਗੀ। ਇੰਨੀਆਂ ਚੀਜ਼ਾਂ ਗਲਤ ਸਮੇਂ ਤੋਂ ਹੋ ਰਹੀਆਂ ਸੀ ਤਾਂ ਉਹਨੂੰ ਇੱਕਦਮ ਨਹੀਂ ਕਿਸੇ ਤਰੀਕੇ ਨਾਲ ਬਦਲਿਆ ਜਾਂਦਾ ਹੁੰਦਾ, ਤਾਂ ਮਹਾਰਾਜ ਨੇ ਇੱਕ ਮਰਿਆਦਾ ਬਣਾਈ। ਲੋਕ ਉਦੋਂ ਫਿਰ ਖੁਸ਼ੀ ਮਨਾਉਣ ਲੱਗ ਗਏ ਸੀ, ਆਹ ਜਿਹੜੀ ਹੋਲਕਾ ਵੀ, ਦੈਂਤ ਮਰ ਗਏ ਆ, ਦੇਵਤੇ ਬਚ ਗਏ ਆ, ਭਗਤ ਬਚ ਗਏ ਆ, ਇਹ ਖੁਸ਼ੀ ਕਰਕੇ ਹੀ ਇਹ ਹੋਲੀ ਮਨਾਈ ਜਾਣ ਲੱਗੀ ਸੀ। ਇਹ ਮਰਿਆਦਾ ਪ੍ਰਚਲਿਤ ਹੁੰਦੀ ਹੁੰਦੀ ਗਿਰਾਵਟ ਆ ਗਈ। ਲੋਕ ਇੱਕ ਦੂਜੇ 'ਤੇ ਦੂਸ਼ਣ ਲਾਉਣ ਲੱਗ ਗਏ, ਭੱਦਾ ਮਜ਼ਾਕ ਕਰਨ ਲੱਗ ਗਏ, ਇਸਤਰੀਆਂ ਬੀਬੀਆਂ ਨੂੰ ਭੰਗ ਪੀਣ ਲੱਗ ਗਏ। ਤਾਂ ਮਹਾਰਾਜ ਨੇ ਮਰਿਆਦਾ ਜਿਹੜੀ ਸਹੀ ਬਣਾਈ, ਹੋਲੀ ਨਹੀਂ ਹੋਲਾ ਮਹੱਲਾ, ਔਰਣ ਕੀ ਹੋਲੀ ਮਮ ਹੋਲਾ, ਲੋਕਾਂ ਦੀ ਹੋਲੀ ਅਤੇ ਖਾਲਸੇ ਦਾ ਹੋਲਾ ਵਾ। ਇਸ ਕਰਕੇ ਭਾਈ ਇਹਦੀ ਇਹ ਮਰਿਆਦਾ ਵਾ। ਤਾਂ ਸਾਨੂੰ ਥੋੜ੍ਹਾ ਬਹੁਤਾ ਇਹ ਪਤਾ ਹੋਣਾ ਚਾਹੀਦਾ। ਵੱਖ ਵੱਖ ਸਥਾਨਾਂ 'ਤੇ ਹੋਲੇ ਮਹੱਲੇ ਦੀ ਬਹੁਤ ਮਹੱਤਤਾ। ਅੱਜ ਵੀ ਨਿਹੰਗ ਸਿੰਘ ਜਿਹੜੇ ਆ, ਘੋੜਿਆਂ ਦੀਆਂ ਦੌੜਾਂ ਵੀ ਉੱਥੇ ਹੁੰਦੀਆਂ, ਸਭ ਕੁਝ ਹੁੰਦਾ, ਗੁਰਮੁਖ ਪਿਆਰੇ ਹੋ। ਤਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ, ਉਹਨਾਂ ਨੇ ਆਪਣੇ ਖਾਲਸੇ ਵਿੱਚ ਵੀਰ ਰਸ ਭਰਿਆ ਭਾਈ, ਅਤੇ ਖਾਲਸੇ ਨੇ ਸੋਹਣੇ ਦਮਾਲੇ ਸਜਾਏ ਆ, ਅਤੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕੀਤੀ। ਅੱਜ ਕੱਲ੍ਹ ਜਿਹੜੇ ਲੋਕ ਆ, ਤਰਕਵਾਦੀ ਇੰਨੇ ਹੋ ਗਏ ਆ, ਗੁਰੂ 'ਤੇ ਯਕੀਨ ਹੀ ਨਹੀਂ ਕਰਦੇ ਵੀ ਇਸ ਤਰ੍ਹਾਂ ਦਾ ਕੁਝ ਹੋਇਆ ਹੋਊਗਾ, ਉਹਨਾਂ ਨੂੰ ਯਕੀਨ ਨਹੀਂ ਆਉਣਾ। ਕਿਉਂਕਿ ਦੁਨੀਆ ਜਿਹੜੀ ਆ, ਆਪਾਂ ਕਹਿੰਦੇ ਤੇਜ਼ ਹੋਈ ਜਾਂਦੀ ਆ, ਉਮਰਾਂ ਕਿੰਨੀਆਂ ਘਟੀ ਜਾਂਦੀਆਂ, ਤੇਜ਼ ਤਾਂ ਆਪੇ ਹੋਣਾ ਬੱਚਿਆਂ ਨੇ ਜੰਮਦਿਆਂ ਨੂੰ, ਉੱਧਰੋਂ ਉਮਰ ਦੇਖੋ ਨਾ ਕਿੱਡੀ ਰਹਿ ਗਈ, ਕਿੰਨੀ ਕੁ ਰਹਿ ਗਈ, ਉਹ ਅਸੀਂ ਖਿਆਲ ਹੀ ਨਹੀਂ ਕਰਦੇ। ਕਲਯੁੱਗ ਦੇ ਵਿੱਚ ਉਮਰ ਜਿਹੜੀ ਆ, ਬੰਦੇ ਦੀ ਬੜੀ ਥੋੜ੍ਹੀ ਰਹਿ ਜਾਏਗੀ। ਤਾਂ ਥੋੜ੍ਹੀ ਉਮਰ 'ਚ ਜਿਹੜਾ ਬੰਦਗੀ ਕਰੇਗਾ, ਗੁਰੂ 'ਤੇ ਵਿਸ਼ਵਾਸ ਕਰੇਗਾ, ਉਹੀ ਤਰੇਗਾ। ਤਾਂ ਭਾਈ ਹੋਲੇ ਮਹੱਲੇ 'ਤੇ ਜ਼ਰੂਰ ਜਾਓ, ਪਰ ਕੁਝ ਸਿੱਖ ਕੇ ਵੀ ਆਓ। ਕਵੀ ਜੀ ਨੇ ਬੜਾ ਸੋਹਣਾ ਲਿਖਿਆ, ਕਿਸੇ ਕਵੀ ਨੇ, ਆਨੰਦ ਦਾ ਵਾਜਾ ਨਿੱਤ ਵੱਜਦਾ ਆਨੰਦਪੁਰ। ਇਹ ਭਾਈ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆਨੰਦ ਦੇ ਵਾਜੇ ਵੱਜਦੇ ਆ। ਜਿਹੜਾ ਵੀ ਇੱਥੋਂ ਲੰਘ ਜਾਂਦਾ, ਉਹ ਬਾਦਸ਼ਾਹ ਦੀ ਟੇਢੀ ਟੋਪੀ ਨੂੰ ਲੱਤ ਮਾਰ ਦਿੰਦਾ, ਸਾਰੇ ਜਹਾਨ ਦੀਆਂ ਬਾਦਸ਼ਾਹੀਆਂ ਨੂੰ ਠੁਕਰਾ ਦਿੰਦਾ, ਜਿਹੜਾ ਵੀ ਸ਼੍ਰੀ ਆਨੰਦਪੁਰ ਸਾਹਿਬ ਦੀ ਗਲੀ ਵਿੱਚੋਂ ਲੰਘ ਜਾਂਦਾ। ਇਹ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਹੁੰਦੇ ਆ। ਤਾਂ ਇਸ ਕਰਕੇ ਭਾਈ ਹੋਲੇ ਮਹੱਲੇ 'ਤੇ ਜਾਓ, ਮਰਿਆਦਾ ਨਾਲ ਜਾਓ।
ਅੱਗ ਮਰਿਆਦਾ ਤੋਂ ਬਾਹਰ ਹੋ ਜੇ ਸਾੜ ਕੇ ਸਾਰਾ ਕੁਝ ਸਵਾਹ ਕਰ ਦਿੰਦੀ ਹੈ। ਪਾਣੀ ਮਰਿਆਦਾ ਤੋਂ ਬਾਹਰ ਹੋ ਜੇ ਸਭ ਕੁਝ ਡੋਬ ਦਿੰਦਾ। ਗੁਰੂ ਦੀ ਮਰਿਆਦਾ ਨਹੀਂ ਰੱਖੀ ਤੇ ਜ਼ਿੰਦਗੀ ਬਰਬਾਦ ਹੋ ਜਾਏਗੀ। ਤਾਂ ਇਹ ਜਿਹੜੀਆਂ ਬੇਨਤੀਆਂ ਸੀ ਭਾਈ ਸਵੀਕਾਰ ਕਰਨੀਆਂ, ਇਤਨੀਆਂ ਕੁ ਬੇਨਤੀਆਂ। ਤਾਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ, ਹੋਲੇ ਮਹੱਲੇ 'ਤੇ ਭਾਈ ਦਸਤਾਰਾਂ ਸਜਾ ਕੇ ਜਾਓ। ਨੌਜਵਾਨ ਵੀਰਾਂ ਨੂੰ ਬੇਨਤੀ ਆ, ਹੁੱਲੜਬਾਜ਼ੀ ਨਾ ਕਰੋ, ਟਰੈਕਟਰਾਂ ਦੀਆਂ ਰੇਸਾਂ ਨਾ ਦੇਵੋ। ਇਹ ਦਾਤੇ ਦੀਆਂ ਦਾਤਾਂ ਨੇ ਗੁਰਮੁਖ ਪਿਆਰਿਓ, ਜੋ ਪਹਿਲਾਂ ਹੋ ਚੁੱਕਿਆ ਕਿ ਜਿਹੜੇ ਪੱਤਰਕਾਰ ਆ ਉਹ ਤਾਂ ਚਾਹੁੰਦੇ ਹੁੰਦੇ ਆ ਵੀ ਸਿੱਖਾਂ ਨੂੰ ਬਦਨਾਮ ਕਰੀਏ, ਅਤੇ ਤੁਸੀਂ ਸਾਰੇ ਭਾਈ ਪੰਜਾਬ ਦੇ ਰਹਿਣ ਵਾਲੇ, ਸਿੱਖਾਂ ਦੇ ਘਰੇ ਤੁਹਾਡਾ ਜਨਮ ਹੋਇਆ, ਗੁਰੂਆਂ ਦੇ ਨਾਂ, ਪੰਜ ਪਿਆਰਿਆਂ ਦੇ ਨਾਂ, ਸਾਹਿਬਜ਼ਾਦਿਆਂ ਦੇ ਨਾਂ, ਪੰਜ ਤਖਤਾਂ ਦੇ ਨਾਂ ਤੁਹਾਨੂੰ ਪੂਰੇ ਕੰਠ ਹੋਣੇ ਚਾਹੀਦੇ ਆ। ਥੋੜ੍ਹੀ ਬਹੁਤੀ ਸਿੱਖਿਆ ਲਿਆ ਕਰੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਮੰਗਿਆ ਕਰੋ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।